ਅੱਜ ਮੈਂ ਮੋਟੀਆਂ ਲਾਲ ਮਿਰਚਾਂ ਦਾ ਅਚਾਰ ਪਾ ਰਹੀ ਹਾਂ। ਤੁਹਾਡਾ ਤੇ ਮੂੰਹ ਚ ਵੇਖ ਕੇ ਪਹਿਲਾਂ ਹੀ ਪਾਣੀ ਆ ਜਾਂਦਾ ਨੀ, ਦੇਖਣ ਨੂੰ ਬਹੁਤ ਸੋਹਣੀ ਹੈ ਹਨਾ। ਤੇ ਮੈਂ ਤਾਂ ਵੈਸੇ ਰੁਕੇ ਬੜੀ ਖਾਣਾ। ਹਾਂ ਇਹ ਤੁਸੀਂ ਖਾਂਦੇ ਹੋ, ਉਹ ਖਾ ਲੈਂਦਾ ਮੇਰਾ ਛੋਟਾ ਜਿਹਾ 4 ਸਾਲ ਦਾ ਪੁੱਤ ਹੈ, ਦੋਤਾ ਹੀ ਖਾ ਲੈਂਦਾ ਹੈਗਾ ਵੇ ਮਿਰਚਾਂ ਤਾਂ। ਹਾਂ ਜ਼ਾਨ ਖਾ ਲੈਂਦਾ। ਤੇ ਇਹ ਕੋਈ ਇੰਨੀਆਂ ਕੌੜੀਆਂ ਤਾਂ ਹੁੰਦੀਆਂ ਨੀ ਹੈਗੀਆਂ, ਪਰ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੀਆਂ ਨੇ। ਠੀਕ ਹੈ, ਦਾਦੀ ਵੀ ਬੜਾ ਅੱਛਾ ਬਣਾਉਂਦੀ, ਬਹੁਤ ਅੱਛਾ ਅਚਾਰ ਬਣਾਉਂਦੇ ਆ ਉਹ ਵੀ। ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਇਹ ਮੈਂ ਕੁੱਟ ਕੇ ਰੱਖਿਆ ਹੋਇਆ ਵੇ ਮੇਥੇ, ਸੌਂਫ ਤੇ ਵਿੱਚ ਥੋੜਾ ਜਿਹਾ ਗਰਮ ਮਸਾਲਾ। ਠੀਕ ਹੈ, ਇਹ ਮੇਰਾ ਕੁੱਟਿਆ ਹੋਇਆ ਹੈਗਾ। ਇਹ ਹੈਗਾ ਜੇ ਜੀਰਾ, ਠੀਕ ਹੈ, ਇਹ ਜੀਰਾ ਪਾਤਾ। ਤੁਸੀਂ ਇਹ ਚੀਜ਼ਾਂ ਜਿਹੜੀਆਂ ਨਾ ਆਪਣੇ ਜਿੰਨੀਆਂ ਤੁਹਾਡੇ ਕੋਲ ਮਿਰਚਾਂ ਨੇ ਤੇ ਸਵਾਦ ਅਨੁਸਾਰ ਪਾਓ। ਕੋਈ ਇਹਦੇ ਵਿੱਚ ਇਹ ਨਹੀਂ ਹੈ ਵੀ ਜ਼ਰੂਰੀ ਇੰਨੀਆਂ ਪਾਣੀਆਂ ਜਾਂ ਓਨੀਆਂ ਪਾਣੀਆਂ, ਘੱਟ ਵੱਧ ਦੋਨਾਂ ਨਾਲ ਕੰਮ ਚੱਲ ਜਾਂਦਾ। ਇਹ ਹੈਗੀ ਹੈ ਰਾਈ, ਰਾਈ ਦਾ ਨਾ ਮੇਨ ਇੰਗਰੀਡੈਂਟ ਹੈ। ਠੀਕ ਹੈ, ਰਾਈ ਨਾਲ ਖੱਟਾ ਹੁੰਦਾ। ਹਾਂ, ਜੇ ਰਾਈ ਨਹੀਂ ਯੂਜ਼ ਕਰਨੀ ਤਾਂ ਆਪਾਂ ਇਹਦੇ ਵਿੱਚ ਅਮਚੂਰ ਵੀ ਪਾ ਸਕਦੇ ਹਾਂ, ਅਮਚੂਰ ਨਾਲ ਵੀ ਇਹ ਬਹੁਤ ਅੱਛੀ ਬਣ ਜਾਂਦੀ ਹੈ। ਉਸ ਤੋਂ ਇਲਾਵਾ ਅਸੀਂ ਪਾਉਣਾ ਹੈ ਇਹਦੇ ਵਿੱਚ ਨਮਕ। ਨਮਕ ਤਾਂ ਇਹਦਾ ਤੁਹਾਨੂੰ ਪਤਾ ਹੀ ਹੈ, ਪ੍ਰਿਜ਼ਰਵੇਟਰ ਹੈ। ਮੈਂ ਸਿੰਧਾ ਨਮਕ ਯੂਜ਼ ਕਰ ਰਹੀ ਹਾਂ ਅਤੇ ਬਾਕੀ ਤੁਹਾਡੀ ਮਰਜ਼ੀ ਹੈ, ਜਿਹੜਾ ਮਰਜ਼ੀ ਕਰ ਸਕਦੇ ਹੋ। ਅੱਛਾ, ਮਿਰਚ ਹੈ, ਕੌੜੀ ਨਹੀਂ ਹੈ, ਇਸ ਕਰਕੇ ਮੈਂ ਥੋੜ੍ਹੀ ਜਿਹੀ ਇਹਦੇ ਵਿੱਚ ਮਿਰਚ ਵੀ ਪਾ ਦਾਂਗੀ। ਕੈਨ ਯੂ ਇਮੈਜਿਨ ਕਿ ਆਪਾਂ ਮਿਰਚਾਂ ਦੇ ਚੌਲ ਵਿੱਚ ਮਿਰਚਾਂ ਪਾ ਲਈਏ? ਹਾਂ। ਅੱਛਾ, ਇਸ ਤੋਂ ਇਲਾਵਾ ਪਾਵਾਂਗੀ ਥੋੜ੍ਹੀ ਜਿਹੀ ਹਲਦੀ। ਠੀਕ ਹੈ, ਇਹ ਤਾਂ ਇਹਦੇ ਵਿੱਚ ਜਿਹੜਾ ਸਮਾਨ ਪੈਣਾ ਸੀ ਉਹ ਪੈ ਗਿਆ। ਹੁਣ ਇਹਨੂੰ ਮੈਂ, ਅੱਛਾ ਇਹ ਮੇਰਾ ਤੇਲ ਜਿਹੜਾ ਹੈ ਨਾ ਇਹ ਜਲਾ ਕੇ ਰੱਖਿਆ ਹੋਇਆ, ਸਰੋਂ ਦਾ, ਸਰੋਂ ਦਾ ਤੇਲ ਸਾੜ ਕੇ ਰੱਖਿਆ ਹੋਇਆ ਜਿਹਦੇ ਕਰਕੇ ਮੈਨੂੰ ਛਿੱਕਾ ਆ ਰਹੀ ਹੈ ਬਈ। ਹੁਣ ਛਿੱਕਾ ਦੇਖੋ, ਖਾਣ ਲੱਗੇ ਕਿਸੇ ਨੂੰ ਕੁਝ ਨਹੀਂ ਹੁੰਦਾ, ਖਾਣ ਲੱਗੇ ਤਾਂ ਪੁੱਛਦਾ ਵੀ ਆਹ ਨਹੀਂ ਹੈਗਾ ਉਹ ਨਹੀਂ ਹੈਗਾ। ਪਹਿਲਾਂ ਜਿਹੜੀ ਹੈ ਨਾ ਬੜਾ ਇਹਦੇ ਚੋਂ ਸਮੈਲ ਆਉਂਦੀ ਹੈ, ਬਰਨ ਕਰ ਲਿਆ। ਔਰ ਦੇਖੋ ਹੁਣ ਕੋਈ ਆ ਰਹੀ ਹੈ ਸਮੈਲ? ਮੈਂ ਤਾਂ, ਹਾਂ ਮੈਂ ਸਾਰੇ ਉਹ ਬੰਦ ਕਰਕੇ ਦਰਵਾਜ਼ੇ ਖੋਲ੍ਹੇ, ਹਾਂ। ਤੇ ਇਹਦੇ ਵਿੱਚ ਅਸੀਂ ਕੀ ਕੀਤਾ, ਚੀਰਾ ਦੇ ਲਿਆ। ਚੀਰਾ ਦੇ ਕੇ ਇਹ ਸਾਡਾ ਜਿਹੜਾ ਇਹਦੇ ਵਿੱਚ ਕੀ ਸੀਗਾ ਮੈਂ ਦੱਸ ਦਿਆਂ। ਇੱਕ ਤਾਂ ਮੈਂ ਮੇਥੇ ਪਾਏ ਸੀਗੇ, ਇੱਕ ਸੌਂਫ ਪਾਇਆ ਸੀ, ਜੀਰਾ ਪਾਇਆ ਸੀ, ਮੋਟੀ ਇਲਾਚੀ ਪਾਈ ਹੋਈ ਹੈ, ਲੌਂਗ ਪਾਏ ਹੋਏ ਨੇ, ਦਾਲ ਚੀਨੀ ਪਾਈ ਹੋਈ ਹੈ, ਰਾਈ ਪਾਈ ਹੋਈ ਹੈ, ਨਮਕ, ਹਲਦੀ ਅਤੇ ਮਿਰਚ। ਠੀਕ ਹੈ ਜੀ, ਕੋਈ ਵੀ ਜਿਹੜਾ ਵੀ ਅਚਾਰ ਪਾਈਏ ਕੁਝ ਵੀ ਹੈ ਜਿਹੜਾ, ਉਹਦੇ ਵਿੱਚ ਨਾ ਅਸੀਂ ਧਨੀਆ ਨਹੀਂ ਪਾਉਣਾ ਹੁੰਦਾ। ਧਨੀਆ ਜਿਹੜਾ ਹੈ ਧਨੀਆ ਅਚਾਰ ਨੂੰ ਖਰਾਬ ਕਰ ਦਿੰਦਾ। ਠੀਕ ਹੈ, ਅੱਛਾ ਕਰਨਾ ਦੇਖੋ ਕਿੰਨੀ ਆਸਾਨ ਤਰੀਕਾ ਹੈ। ਨਹੀਂ ਮੈਂ ਪਹਿਲਾਂ ਭਾਰੀ ਲੈਂਦੀ ਹਾਂ ਫਿਰ ਕਰਾਂਗੀ ਇਹ। ਠੀਕ ਹੈ ਨਾ, ਕਿਉਂਕਿ ਫਿਰ ਬਾਰ ਬਾਰ ਹੱਥ ਲਿਬੜੇਗਾ ਅਤੇ ਔਖਾ ਹੋਏਗਾ। ਅਗਲਾ ਮੈਂ ਤੁਹਾਨੂੰ 2 ਮਿੰਟ ਵਿੱਚ ਦੱਸਦੀ ਹਾਂ ਵੀ ਕੀ ਕਰਨਾ। ਇਹ ਨਾ ਇੱਕ ਇੱਕ ਕਰਕੇ ਮੈਂ ਸਾਰੀਆਂ ਮਿਰਚਾਂ ਜਿਹੜੀਆਂ ਨੇ ਇਹ ਭਰ ਲਈਆਂ। ਦੇਖੋ ਇੰਟਰਸਟਿੰਗ ਗੱਲ ਇਹ ਵੇ ਕਿ ਮੈਂ ਲਾਲ ਅਤੇ ਹਰੀਆਂ ਮਿਰਚਾਂ ਦੋਨੋਂ ਇਕੱਠੇ ਬਣਾ ਲਈਆਂ। ਲੇਕਿਨ ਇਹਨੂੰ ਨਾ ਜਿਸ ਚੀਜ਼ ਦੇ ਵਿੱਚ ਅਸੀਂ ਹਰੀਆਂ ਚ ਨਾ ਕਿਤੇ ਕਿਤੇ ਲਾਲ ਮਿਰਚ ਹੁੰਦੀ ਚੰਗੀ ਲੱਗਦੀ ਹੁੰਦੀ ਸੀ, ਚੰਗੀ ਲੱਗਦੀ ਨਾ। ਤੇ ਇਹ ਪਤਾ ਕੀ ਹੈ, ਇਹਨੂੰ ਆਪਾਂ ਇਹ ਅਚਾਰ ਜਿਹੜਾ ਹੈ ਨਾ ਇਹਨੂੰ 2 ਦਿਨ ਲੱਗ ਜਾਂਦੇ ਨੇ ਬਣਨ ਨੂੰ। ਪੁੱਛੋ ਕਿਉਂ, ਪੁੱਛੋ ਕਿਉਂ ਕਿਉਂ ਇਹਨੂੰ ਤਾਂ ਲੱਗ ਜਾਂਦੇ ਨੇ ਕਿਉਂਕਿ ਜਿਸ ਅਚਾਰ ਦੇ ਵਿੱਚ ਵੀ ਆਪਾਂ ਰਾਈ ਪਾਉਂਦੇ ਹਾਂ, ਰਾਈ ਨੂੰ ਆਪਣੀ ਜਿਹੜਾ ਫਲੇਵਰ ਹੈ ਦੇਣ ਵਾਸਤੇ ਅਤੇ ਪਲੱਸ ਉਹਨੂੰ ਪੱਕਣ ਵਾਸਤੇ ਅਚਾਰ ਨੂੰ, ਕਿਉਂਕਿ ਵਿੱਚ ਅਸੀਂ ਹਲਦੀ ਵੀ ਪਾਈਏ, ਮਿਰਚ ਵੀ ਪਾਈਏ, ਇਹਨੇ ਸਾਰੀ ਚੀਜ਼ ਨੇ ਰਚਨਾ ਹੈ। ਅੱਛਾ ਹੁਣ ਕੀ ਹੈ ਵੀ ਤੇਲ ਮੈਂ ਜ਼ਿਆਦਾ ਆਪਾਂ ਪਾਉਣਾ ਨਹੀਂ ਹੈਗਾ। ਠੀਕ ਹੈ, ਮੈਂ ਕੀ ਕਰਨਾ, ਕਿਉਂਕਿ ਮੈਂ ਜ਼ਿਆਦਾ ਖਾਂਦਾ ਨਹੀਂ। ਹਾਂ ਜੇ ਜਿਹੜਾ ਲੋਕ ਜ਼ਿਆਦਾ ਖਾ ਸਕਦੇ ਨੇ ਪੂਰਾ ਵੀ ਪਾ ਸਕਦੇ ਨੇ, ਨੋ ਪ੍ਰੋਬਲਮ। ਪਰ ਮੈਂ ਆਪਾਂ, ਮੈਨੂੰ ਚੰਗਾ ਲੱਗਦਾ, ਤਾਂ ਚੰਗਾ ਲੱਗਦਾ, ਪਰ ਅਚਾਰ ਬੜੇ ਚੰਗੇ ਲੱਗਦੇ ਨੇ, ਤੇਲ ਘੱਟ ਤੇਲ ਵਾਲੇ। ਹਾਂ ਤੇ ਹੁਣ ਕੀ ਕੀਤਾ, ਇਹ ਜਿਹੜਾ ਤੇਲ ਪਾਇਆ ਹੋਇਆ ਨਾ ਇਹਦੇ ਵਿੱਚ ਮੈਂ ਇੱਦਾਂ ਡਿਪ ਕਰੀ ਜਾਣਾ। ਅੱਛਾ, ਤੇ ਡਿਪ ਕਰਕੇ ਇਹਦੇ ਵਿੱਚ ਜਿਹੜਾ ਅਚਾਰ ਮੈਂ ਰੱਖੀ ਜਾਣਾ। ਅੱਛਾ ਠੀਕ ਹੈ, ਹਰ ਜਿਹੜਾ ਉਹਨੂੰ ਡਿਪ ਵੀ ਜ਼ਰੂਰ ਕਰਨਾ।
ਕਿਉਂਕਿ ਇਹ ਵਿੱਚ ਵੀ ਵੜਨਾ ਚਾਹੀਦਾ, ਇਹਨੂੰ ਇੰਝ ਡਿਪ ਕੀਤਾ, ਇਹਦੇ ਵਿੱਚ ਇੱਦਾਂ ਪਾਤਾ, ਫਿਰ ਇਹਨੂੰ ਕੀਤਾ ਸਾਰੇ ਇੱਕ ਹਰੇ ਪਾਵਾਂ ਵਿੱਚ ਪਾਤੀਆਂ ਜੀ, ਬੜੇ ਕਾਲੇ ਪੈ ਜਾਂਦੇ ਹੋ ਜੀ, ਨਹੀਂ ਜੀ ਪਾਨੀਆਂ ਪਾਨੀਆਂ ਸੀਕੁਐਂਸ ਬਣਾਓ ਨਾ ਇਹਦਾ, ਓਹੋ ਤੁਸੀਂ ਤਾਂ ਮੇਰੇ ਤੋਂ ਵੀ ਉੱਤੇ ਜੇ ਸੀਕੁਐਂਸ ਬਣਾਉਣ ਵਿੱਚ, ਲਓ ਹਰਾ ਪੈ ਗਿਆ, ਹੁਣ ਮੈਂ ਖੜੀਆਂ ਕਰਨੀਆਂ ਨਾ, ਪਹਿਲਾਂ ਤਾਂ ਥੱਲੇ ਲਟਾਈਆਂ ਸੀਗੀਆਂ, ਗੱਲ ਪੇ ਕਰਦੇ ਨੇ, ਦੇਖੋ ਤੁਹਾਡਾ ਘਰ ਨਿੱਕਾ ਜਿਹਾ ਹੈਗਾ ਵੇ, ਉਹਦੇ ਵਿੱਚ ਦੇਖਿਆ ਮੈਂ ਕਿੰਨਾ ਸਮਾਨ ਰੱਖਿਆ ਹੋਇਆ, ਤੇ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਮੈਂ ਚਾਰ ਮਿਰਚਾਂ ਨੀ, ਕੌਣ ਕਹਿੰਦਾ ਨਿੱਕਾ ਘਰ ਹੈ, ਅੱਛਾ ਵੱਡਾ ਘਰ ਹੈ, ਪਰ ਇੱਕ ਮੈਂ ਇੱਕ ਬੜੀ ਸੋਹਣੀ ਕੋਟ ਪੜਿਆ ਸੀ, ਦਿਲ ਨਾਲ ਦਿਲ ਨਾਲ, ਤੇ ਫਿਰ ਇਸ ਕਰਕੇ ਮਿਰਚਾਂ ਦਾ ਮਰਤਬਾਨ ਵਿਚਾਰੇ ਦਾ ਦਿਲ ਕਿੰਨਾ ਵੱਡਾ, ਜਿਹੜਾ ਆਪਣੇ ਆਪ ਵਿੱਚ ਦੇਖੋ ਸਾਰੀਆਂ ਮਿਰਚਾਂ ਜਿਹੜੀਆਂ ਉਹਨੇ ਸੰਭਾਲ ਲੈਣੀਆਂ ਨੇ, ਜਿਹੜੀਆਂ ਨਹੀਂ ਸਮਾਨ ਗਿਆ ਨਾ ਉਹ ਮੈਂ ਤੁਹਾਨੂੰ ਹੁਣੇ ਦੇ ਦੇਣੀ ਆ ਵੀ ਖਾਓ, ਠੀਕ ਨੀ, ਦੇਖੋ ਇਹਨੂੰ ਇਹਦੇ ਵਿੱਚ ਆਪਾਂ ਇੱਦਾਂ ਹੀ ਡਿਪ ਕਰੀ ਜਾਣਾ ਡਿਪ ਕਰੀ ਜਾਣਾ, ਇੱਕ ਅਚਾਰ ਇਹੋ ਜਿਹੀ ਚੀਜ਼ ਹੈ ਜਿਹੜੇ ਵਿੱਚ ਦਬਾ ਦਬਾ ਕੇ ਮਾਂ ਜਿਹੜੀ ਹੈ ਨਾ ਉਹ 5 ਕਿਲੋ ਦੇ ਮਰਤਬਾਨ ਚ ਨਾ 7 ਕਿਲੋ ਉਹ ਕਹਿੰਦੇ ਨੇ ਕਹਿੰਦੇ ਨੇ ਕਿ ਕਿੰਨੀ ਵੀ ਬੱਸ ਵਿੱਚ ਭੀੜ ਹੋਵੇ ਕੰਡਕਟਰ ਜਿਵੇਂ ਆਪੇ ਬਹਿ ਜਾਂਦਾ ਹੈਗਾ ਵੇ, ਆਪਣੇ ਘਰ ਚ ਬੀਬੀ ਮੇਰੀ ਡਿਊਟੀ ਲਾਉਂਦੇ ਸੀ, ਅੰਬ ਦਾ ਅਚਾਰ ਪਾਉਣ ਦੀ ਡਿਊਟੀ ਮੇਰੀ ਹੁੰਦੀ, ਨਹੀਂ ਮੈਂ ਮਰ ਜਾ ਅੱਜ ਤੱਕ ਨੀ ਕਦੀ ਦੱਸਿਆ ਨੇ ਤੇ ਕਦੀ ਪਾਇਆ ਵੀ ਨੀ ਹੈਗਾ, ਕਿੱਡੇ ਚੰਗੇ ਨੇ ਬਾਈ ਗੋਡ, ਕੀ ਗੱਲਾਂ ਕਰਦੇ ਪਏ ਹੋ ਤੁਸੀਂ ਬਲਜੀਤ, ਹੁਣ ਲੋੜ ਹੀ ਨਹੀਂ ਪੈਂਦੀ ਆਪੇ ਪਾ ਲੈਣੇ, ਮੈਨੂੰ ਅੱਜ ਤੱਕ ਦੱਸਿਆ ਵੀ ਨਹੀਂ, ਤੁਹਾਡੀ ਮਾਂ ਵੀ ਚੰਗੀ ਸੀ ਜਿਹਨੇ ਨੀ ਦੱਸਿਆ ਭਾਈ ਇਹ ਅਚਾਰ ਪਾ ਲੈਂਦਾ, ਨਹੀਂ ਤਾਂ ਮੈਂ ਕਦੀ ਪਾਉਂਦੀ ਤਾਂ ਸਹੀ, ਹੁਣ ਪਾ ਲਿਓ ਤਾਂ ਹੀ ਹੁਣ ਮੈਂ ਐਤਕੀ ਅੰਬ ਦਾ ਅਚਾਰ ਨਾ ਵਿਊਅਰਸ ਐਤਕੀ ਅੰਬ ਦਾ ਅਚਾਰ ਤੁਹਾਨੂੰ ਇਹ ਹੀ ਦੱਸਣਗੇ ਪਾਣਾ ਮੇਰੀ ਬਜਾਏ, ਠੀਕ ਹੈ, ਹੁਣ ਇਹਨਾਂ ਨੂੰ ਪੁੱਛੋ ਵੀ ਇਹ ਅਚਾਰ ਮੈਂ ਕੋਈ ਹੋਰ ਮਰਤਬਾਨ ਲੈ ਕੇ ਆਉਂਦਾ, ਇਸੇ ਚ ਪੂਰਾ ਆਇਆ ਕਿ ਨਹੀਂ ਆਇਆ, ਆਇਆ ਕਿ ਨਹੀਂ ਆਇਆ, ਦਬ ਦਬ ਕੇ ਪਾਉਣਾ ਹੁੰਦਾ ਅਚਾਰ ਤਾਂ ਹਮੇਸ਼ਾ ਦਬ ਦਬ ਕੇ ਪਾਉਣਾ ਹੁੰਦਾ, ਇਹ ਐਲੋ ਗ੍ਰੀਨ ਰੈੱਡ ਦਾ ਕੰਬੀਨੇਸ਼ਨ ਬਣ ਗਿਆ, ਗ੍ਰੀਨ ਤੇ ਰੈੱਡ ਦਾ ਕੰਬੀਨੇਸ਼ਨ ਬਣ ਗਿਆ, ਜਿਹੜਾ ਤੇਲ ਬਚਿਆ ਤੇ ਮਸਾਲਾ ਬਚਿਆ ਉਹ ਮੈਂ ਉਪਰੋਂ ਦੀ ਪਾਤਾ ਹੈ ਜੀ, ਕੋਈ ਕਰੋਨਾ ਨਾਲ ਸੰਬੰਧ ਹੈਗਾ ਇਹਦਾ, ਹਾਂਜੀ ਬਿਲਕੁਲ ਹੈਗਾ ਜੇ, ਇਹ ਅੱਜ ਕੱਲ ਤਾਂ ਹਰ ਚੀਜ਼ ਕਰੋਨਾ ਨਾਲ ਬਿਲਕੁਲ ਹੈ, ਮੰਨਦਾ ਇਹ ਹੈ ਦੇਖੋ ਜੀ ਇਹਦੇ ਚ ਵਿਟਾਮਿਨ ਸੀ ਹੈ, ਵਿਟਾਮਿਨ ਸੀ ਮਿਰਚਾਂ ਦੇ ਵਿੱਚ ਹੁੰਦਾ ਜਿਹੜਾ ਕਿ ਡਾਇਬਟਿਕ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਹੈ, ਇਹ ਵੀ ਹੁੰਦਾ ਮੇਰੇ ਖਿਆਲ ਚ ਵਿਟਾਮਿਨ, ਇਹ ਵੀ ਹੁੰਦਾ ਤੇ ਇਸ ਕਰਕੇ ਇਹ ਵਿਟਾਮਿਨ ਸੀ ਜਿਹੜਾ ਹੈ ਤੁਹਾਡੇ ਇਮਿਊਨ ਨੂੰ ਸਟਰੋਂਗ ਕਰਦਾ ਹੈ, ਜੇ ਤੁਹਾਡਾ ਇਮਿਊਨ ਸਟਰੋਂਗ ਹੈ ਤਾਂ ਕਰੋਨਾ ਕੀ ਕੋਈ ਵੀ ਬਿਮਾਰੀ ਜਿਹੜੀ ਹੈ ਉਸ ਤੋਂ ਬਚਿਆ ਜਾ ਸਕਦਾ ਹੈ, ਤੇ ਅੱਛਾ ਇਹ ਕਿਉਂਕਿ ਆਪਾਂ ਇਹਨੂੰ ਮਿਰਚਾਂ ਨੂੰ ਕੁਝ ਬੋਇਲ ਜਾਂ ਹੋਰ ਤਾਂ ਕੁਝ ਕੀਤਾ ਨਹੀਂ, ਹੀਟ ਤਾਂ ਦਿੱਤੀ ਨਹੀਂ ਹਨਾ, ਇਹਦਾ ਮਤਲਬ ਸੀ ਵਿਟਾਮਿਨ ਕਾਇਮ ਹੈ, ਪੂਰਾ ਸੀ ਵਿਟਾਮਿਨ ਕਾਇਮ ਹੈ, ਸਿਰਫ ਧੁੱਪ ਲਵਾਵਾਂਗੀ ਘਰ, ਠੀਕ ਹੈ, ਤੇ ਇਹ ਸੀਗਾ ਸਾਡਾ ਹਰੀਆਂ ਤੇ ਲਾਲ ਮਿਰਚਾਂ ਦਾ ਮਿਕਸ ਵਾਲਾ ਅਚਾਰ ਰੰਗ ਬਰੰਗਾ, ਤੇ ਇਸਨੂੰ ਬਣਾਓ ਖਾਓ ਤੇ ਆਪਣਾ ਇਮਿਊਨ ਵੀ ਵਧਾਓ, ਵਿਟਾਮਿਨ ਸੀ ਵੀ ਲਓ, ਤੇ ਜੀਭ ਦਾ ਸਵਾਦ ਤਾਂ ਹੈ ਹੀ ਹੈ, ਤੇ ਇਸ ਨੂੰ ਦਵਾਈਆਂ ਔਰ ਡਾਈਜੈਸ਼ਨ ਵਾਸਤੇ ਵੀ ਸਾਰੀਆਂ ਚੀਜ਼ਾਂ ਅੱਛੀਆਂ, ਐਵਰੀਥਿੰਗ ਇਜ਼ ਗੁੱਡ ਫਾਰ ਡਾਈਜੈਸ਼ਨ, ਐਂਡ ਵੈਰੀ ਮਚ ਥੈਂਕਸ ਫਾਰ ਵਾਚਿੰਗ।